ਕੁਝ ਮਾਵਾਂ ਦੇ ਸੀ ਚਾਹ ਪੁੱਤ ਵਿਆਉਣ ਦੇ, ਕੁਝ ਭੈਣਾਂ ਦੇ ਸੀ ਅਰਮਾਨ ਮਹਿੰਦੀ ਲਾਉਣ ਦੇ। ਕਲਗੀ ਸਿਹਰੇ ਵੇਖ ਕੇ ਬੁੱਕ ਬੁੱਕ ਰੋਣਗੀਆਂ, ਬੇਮੌਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ, ਜਦ ਕਿੱਧਰੇ ਇਤਿਹਾਸ 'ਚ ਗੱਲਾਂ ਹੋਣਗੀਆਂ, ਬੇਮੌਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ। ਪੰਜਾਬ ਜਿਸਨੂੰ ਪੰਜ ਦਰਿਆ ਦੀ ਧਰਤੀ ਕਿਹਾ ਜਾਂਦਾ ਹੈ, ਅੱਜ ਉੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਇਹ ਨਸ਼ਾ ਸਿਰਫ ਪੰਜਾਬ ਹੀ ਨਹੀਂ ਸਗੋਂ ਹਿਮਾਚਲ, ਹਰਿਆਣਾ ਵਿੱਚ ਵੀ ਆਪਣੇ ਪੈਰ ਪਸਾਰ ਰਿਹਾ ਹੈ। ਅਤੇ ਨਸ਼ੇ ਦੇ ਚੱਲਦੇ ਐਸ ਪੀ ਬਲਰਾਜ ਸਿੰਘ ਨੇ ਕੀ ਕਿਹਾ ਕਿ ਉਹਨਾਂ ਦੇ ਅੱਖਾਂ ਵਿੱਚੋਂ ਅੱਥਰੂ ਆ ਗਏ। ਪਤਾ ਨਹੀਂ ਕਦੋਂ ਇਹ ਸਮੈਕੀਆਂ ਦੀ ਚੁੰਡਲੀ ਵਿੱਚ ਰਲ ਗਿਆ। ਹੁਣ ਇੱਕ ਜਣੇ ਖੜੇ ਤੋਂ ਪੈਸੇ ਮੰਗਦਾ ਰਹਿੰਦਾ, ਮੈਂ ਉਧਾਰ ਚੁਕਾਉਂਦੀ ਰਹੀ। ਇਹਨੂੰ ਤਾਂ ਕੋਈ ਸ਼ਰਮ ਹੈ ਨਹੀਂ, ਬਸ ਮੇਰੀ ਹੱਥ ਬੰਨ ਕੇ ਬੇਨਤੀ ਹੈ, ਇਸ ਨੂੰ ਇੱਕ ਵਾਰ ਮਾਫ਼ ਕਰ ਦਿਓ। ਉਹਨਾਂ ਦੀਆਂ ਭਾਵੁਕ ਗੱਲਾਂ ਨੂੰ ਸੁਣ ਕੇ ਤੁਹਾਡਾ ਵੀ ਦਿਲ ਭਰ ਆਏਗਾ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਐਸ ਪੀ ਬਲਰਾਜ ਸਿੰਘ ਨੇ ਕੀ ਕਿਹਾ। ਨਾਲ ਹਰਿਆਲੀਆਂ ਦੇ ਹੀਰਾਂ ਸਿਦਕ ਦੇ ਨਾਲ ਤੇ ਸੱਚ ਤੱਕ ਕੇ ਪੱਤੇ ਢੋਦੀਆਂ ਖੇਤਾਂ ਦੇ ਵਾਲੀਆਂ। ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ, ਗੁਰੂਆਂ ਪੀਰਾਂ ਰਿਸ਼ੀਆਂ ਮੁਨੀਆਂ ਦੀ ਧਰਤੀ। ਇਸ ਧਰਤੀ ਦੇ ਸਰਰੇ ਸਰਰੇ ਵਿੱਚ ਪ੍ਰਕਿਰਤੀ ਦਾ ਬੇਪਨਾ ਹੁਸਨ ਤੇ ਰਹਿਮਤ ਸਮਾਈ ਹੋਈ ਹੈ। ਇਸ ਦੇ ਮਾਝੇ, ਮਾਲਵੇ, ਦੁਆਬੇ ਅਤੇ ਪੁਆਧਰਾ ਆਪਣਾ ਆਪਣਾ ਰੰਗ ਅਤੇ ਆਪਣੀ ਆਪਣੀ ਖੁਸ਼ਬੂ ਹੈ। ਪੰਜਾਬ ਦੇ ਗੱਭਰੂ ਫਰਿਆਦ ਮਾਂ ਧਰਤੀ ਮਾਂ ਦੇ ਸੀਨੇ ਵਿੱਚੋਂ ਦੁੱਧ ਦੀਆਂ ਲਹਿਰਾਂ ਬਹਾ ਦੇਣ ਦੇ ਸਮਰੱਥ ਹਨ। ਇੱਥੋਂ ਦੀਆਂ ਮੁਟਿਆਰਾਂ ਦੀ ਮਸਤ ਜਵਾਨੀ ਅਤੇ ਵਫਾ ਦੀਆਂ ਕਹਾਣੀਆਂ ਸਾਰੀ ਦੁਨੀਆਂ ਵਿੱਚ ਮਸ਼ਹੂਰ ਹਨ। ਇਸ ਦੇਸ਼ ਦੀ ਸਿਫਤ ਨੂੰ ਕੌਣ ਭਲਾ ਲਫ਼ਜ਼ਾਂ ਵਿੱਚ ਬੰਨ ਸਕਦਾ ਹੈ। ਕਿਸੇ ਸ਼ਾਇਰ ਨੇ ਠੀਕ ਹੀ ਕਿਹਾ ਹੈ, ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਐ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ, ਜਲ ਪਾਉਣ ਤੇਰਾ ਹਰਿਓਲ ਤੇਰੀ, ਦਰਿਆ ਪਰਬਤ ਮੈਦਾਨ ਤੇਰੇ, ਭਾਰਤ ਦੇ ਸਿਰ ਤੇ ਛਤਰ ਤੇਰਾ, ਤੇਰੇ ਸਿਰ ਤੇ ਛਤਰ ਹਿਮਾਲਾ ਦਾ, ਮੋਢੇ ਤੇ ਚਾਦਰ ਬਰਫਾਂ ਦੀ, ਸੀਨੇ ਵਿੱਚ ਸੇਕ ਜਵਾਲਾ ਦਾ, ਅਰਸ਼ੀ ਵਰਕਤ ਰੂਹ ਵਾਂਗ ਹੁਸਨ ਚਾਂਦੀ ਦੇ ਢੇਰ ਲਗਾਉਂਦੀ ਹੈ, ਚਾਂਦੀ ਢਲ ਢਲ ਕੇ ਵਿਛਦੀ ਹੈ ਤੇ ਸੋਨਾ ਬਣਦੀ ਜਾਂਦੀ। ਅੱਜ ਦੇ ਇਸ ਉਲੀਕੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਾਡੇ ਸਮਿਆਂ ਦੇ ਹਾਣੀ, ਬੁਲੰਦੀਆਂ ਦੇ ਸਿਖਰ, ਮਾਨਯੋਗ ਸ਼੍ਰੀ ਵਿਨੇ ਬਬਲਾਨੀ ਜੀ, IAS ਡਿਪਟੀ ਕਮਿਸ਼ਨਰ ਸਾਹਿਬ SPS ਨਗਰ, ਸ਼੍ਰੀ ਸਤਵੀਰ ਸਿੰਘ ਜੀ ਭੱਲੀ ਚਿੱਖੀ ਜੀ ਹਲਕਾ ਇੰਚਾਰਜ, ਬੁੱਧੀਜੀਵੀ, ਚਿੰਤਕ, ਦਰਸ਼ਕ ਅਤੇ ਸਰੋਤਿਓ, ਅੱਜ ਦੇ ਇਸ ਪ੍ਰੋਗਰਾਮ ਵਿੱਚ ਜੋ ਅਸੀਂ ਪ੍ਰੋਗਰਾਮ ਆਯੋਜਿਤ ਕਰਨ ਜਾ ਰਹੇ ਹਾਂ, ਅੱਜ ਦੇ ਇਸ ਨਸ਼ਾ ਵਿਰੋਧੀ ਸੈਮੀਨਾਰ ਅਤੇ ਕਲਚਰ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਵੱਧ ਰਹੀ ਨਸ਼ਿਆਂ ਦੇ ਰੁਝਾਨ ਦੇ ਵਿਰੋਧ ਵਿੱਚ ਚਰਚਾ ਕਰਨ ਲਈ ਇਕੱਤਰ ਹੋਏ। ਪੰਜਾਬ ਜਿਸ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਉੱਥੇ ਅੱਜ ਛੇਵਾਂ ਦਰਿਆ ਜੋ ਨਸ਼ਿਆਂ ਦਾ ਦਰਿਆ ਹੈ, ਜੋ ਨਿਰੰਤਰ ਵਗ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੇ ਸਮੈਟ, ਭੁੱਕੀ, ਅਫੀਮ, ਚਰਸ, ਗਾਂਜਾ, ਹੈਰੋਇਨ ਅਤੇ ਪਤਾ ਨਹੀਂ ਹੋਰ ਕੀ ਨਾਮ ਰਾਤ ਨਸ਼ਿਆਂ ਦੀ ਦਲਦਲ ਵਿੱਚ ਧੱਸਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦਾ ਅੱਜ ਹਰ ਸੋਚਵਾਨ ਮਨੁੱਖ ਪੰਜਾਬ ਦੇ ਭਵਿੱਖ ਲਈ ਫਿਕਰਮੰਦ ਅਤੇ ਉਦਾਸ ਹੈ। ਪੰਜਾਂ ਦਰਿਆਵਾਂ ਦਾ ਪਾਣੀ ਪੇਤਲਾ ਹੁੰਦਾ ਜਾ ਰਿਹਾ ਹੈ, ਜੋ ਧਰਤੀ ਦੀ ਭੁੱਖ ਵੀ ਪੂਰੀ ਨਹੀਂ ਕਰਦਾ। ਛੇਵਾਂ ਦਰਿਆ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਕਿਉਂ ਅਸੀਂ ਇਸ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਦੇ ਜਾ ਰਹੇ ਹਾਂ? ਅੱਜ ਪੰਜਾਬ ਦੀਆਂ ਬਹੁ ਬੇਟੀਆਂ, ਮਾਵਾਂ, ਭੈਣਾਂ ਫਿਕਰਮੰਦ ਹਨ, ਉਦਾਸ ਹਨ ਅਤੇ ਉਦਾਸ ਹਨ ਉਹ ਦ੍ਰਿਸ਼ ਜੋ ਦਿਲ ਨੂੰ ਤਹਿਲਾ ਦੇਣ ਵਾਲੇ ਹਨ। ਮੈਂ ਇੱਥੇ ਕੋਈ ਵਿਦਵਤਾ ਭਰਿਆ ਭਾਸ਼ਣ ਦੇ ਨਹੀਂ ਆਇਆ, ਨਾ ਹੀ ਮੈਂ ਕੋਈ ਵਿਦਵਾਨ ਹਾਂ। ਬਸ ਇੱਕ ਦੋ ਝਾਕੀਆਂ ਜਾਂ ਇੱਕ ਦੋ ਦ੍ਰਿਸ਼ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ। ਹੋ ਸਕਦਾ ਹੈ ਉਹਨਾਂ ਦ੍ਰਿਸ਼ਾਂ ਜਾਂ ਝਾਕੀਆਂ ਦੇ ਸਹਾਰੇ ਤੁਹਾਡੇ ਵਿੱਚੋਂ ਕਿਸੇ ਇੱਕ ਨੂੰ ਵੀ, ਕਿਸੇ ਇੱਕ ਦਰਸ਼ਕ ਜਾਂ ਸਰੋਤੇ ਨੂੰ ਨਸ਼ਿਆਂ ਦੀ ਭਿਆਨਕਤਾ ਦਾ ਪ੍ਰਭਾਵ ਦਾ ਅਹਿਸਾਸ ਹੋਗਾ। ਜੇਕਰ ਤੁਹਾਡੇ ਵਿੱਚੋਂ ਕੋਈ ਵੀ ਦਰਸ਼ਕ ਜਾਂ ਸਰੋਤਾ ਮੇਰੇ ਵੱਲੋਂ ਪੇਸ਼ ਕੀਤੇ ਗਏ ਦ੍ਰਿਸ਼ਾਂ ਦੇ ਸਹਾਰੇ ਨਸ਼ਿਆਂ ਦੀ ਭਿਆਨਕਤਾ ਦੇ ਪ੍ਰਭਾਵ ਨੂੰ ਕਬੂਲਦਾ ਹੈ, ਤਾਂ ਅਸੀਂ ਸਮਝਾਂਗੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਵਿਨੇ ਬਿਬਲਾਨੀ ਜੀ ਵੱਲੋਂ ਚਲਾਈ ਗਈ ਨਸ਼ਿਆਂ ਵਿਰੋਧੀ ਮੁਹਿੰਮ ਦੇ ਵਿੱਚ ਮੈਂ ਆਪਣਾ ਬਣਦਾ ਹਿੱਸੇ ਦਾ ਯੋਗਦਾਨ ਅਦਾ ਕਰਾਂਗਾ।
ਗੱਲ ਕੁਝ ਦੇਰ ਪਹਿਲਾਂ ਦੀ ਹੈ। ਮੇਰਾ ਇੱਕ ਡਾਕਟਰ ਦੋਸਤ ਆਪਣੇ ਕਿਸੇ ਮਿੱਤਰ ਨੂੰ ਨਾਲ ਲੈ ਕੇ ਮੇਰੀ ਵਰਦੀ ਦਾ ਸਹਾਰਾ ਭਾਲਣ ਮੇਰੇ ਘਰੇ ਆ। ਉਸਦਾ 15 ਸਾਲਾਂ ਦਾ ਇਕਲੌਤਾ ਜਵਾਨ ਪੁੱਤਰ ਜਿਸ ਨੂੰ ਉਹ ਰਿਸ਼ਤੇਦਾਰੀਆਂ ਵਿੱਚ ਲੁਕਾਉਂਦਾ ਫਿਰ ਰਿਹਾ ਸੀ ਮੇਰੇ ਘਰੇ ਆ ਗਿਆ ਤੇ ਜਦੋਂ ਮੇਰੇ ਡਾਕਟਰ ਦੋਸਤ ਨੇ ਉਸਦੀ ਸਾਰੀ ਕਹਾਣੀ ਦੱਸੀ ਤਾਂ ਮੇਰੇ ਪੈਰਾਂ ਹੇਠ ਉਹ ਜ਼ਮੀਨ ਖਿਸ ਗਈ। 11-12 ਸਾਲ ਦੀ ਉਮਰ ਵਿੱਚ ਮੁੰਡੇ ਨੇ ਫੁਕਰਪੁਣੇ ਦੇ ਵਿੱਚ ਮੁੰਡਿਆਂ ਦੇ ਮਗਰ ਲੱਗ ਕੇ ਫੈਂਸੀ ਪੀਣੀ ਸ਼ੁਰੂ ਕਰ ਦਿੱਤਾ। 14-15 ਸਾਲ ਦੀ ਉਮਰ ਤੱਕ 11-12 ਸ਼ੀਸ਼ੀਆਂ ਰੋਜ਼ ਦੀ ਜਾਣਾ ਉਹ ਨਸ਼ੇ ਦਾ ਆਦੀ ਹੋ ਗਿਆ। ਇੱਥੋਂ ਤੱਕ ਕਿ ਨਸ਼ਾ ਕਰਨ ਨਾਲ ਉਸਦੀਆਂ ਨਸਾਂ ਮਰ ਚੁੱਕੀਆਂ ਸਨ। ਵਿਚਾਰੇ ਲਾਚਾਰ ਮਾਂ ਬਾਪ ਆਪਣੇ ਬੱਚੇ ਨੂੰ ਕਦੇ ਕਿਤੇ ਡਾਕਟਰਾਂ ਕੋਲ ਚੈੱਕਅਪ ਕਰਵਾ ਰਹੇ ਸਨ। ਜਦੋਂ ਤੱਕ ਇੱਕ ਦਿਨ ਬੱਚੇ ਨੂੰ ਲੈ ਕੇ ਹੌਸਪੀਟਲ ਪਹੁੰਚੇ ਤਾਂ ਡਾਕਟਰ ਉਸਦੇ ਗੁਪਤ ਅੰਗਾਂ ਦਾ ਚੈੱਕਅਪ ਕਰ ਰਹੇ ਸਨ ਤਾਂ ਅਚਾਨਕ ਦੋ ਖੁਸਰੇ ਕਾਹਲੀ ਨਾਲ ਉਸ ਕਲੀਨਿਕ ਵਿੱਚ ਦਵਾਈ ਲੈਣ ਲਈ ਦਾਖਲ ਹੋਏ। ਉਹਨਾਂ ਦੀ ਨਜ਼ਰ ਸਿੱਧੀ ਉਸ ਮੁੰਡੇ ਤੇ ਪਈ। ਉਹ ਤਾੜੀ ਮਾਰ ਕੇ ਕਹਿੰਦੇ ਇਹ ਤਾਂ ਸਾਡੇ ਵਿੱਚੋਂ। ਗੱਲ ਕੀ ਸੀ, ਗੱਲ ਮਿੰਟੋ ਮਿੰਟੀ ਖੁਸਰਿਆਂ ਦੇ ਡੇਰੇ ਪਹੁੰਚ ਗਈ। ਖੁਸਰਿਆਂ ਦੇ ਇਕੱਠੇ ਹੋ ਕੇ ਆਉਣ ਦੀ ਭਿਣਕ ਪੈਂਦੀ ਸਾਰ ਬੱਚੇ ਨੂੰ ਚੋਰੀ ਚੋਰੀ ਨਰਸਿੰਗ ਹੋਮ ਵਿੱਚੋਂ ਖਿਸਕਾਉਣਾ ਪਿਆ। ਇੱਕ ਪਾਸੇ ਮੁੰਡੇ ਦੀ ਹਾਲਤ ਤੋਂ ਨਿਰਾਸ਼ ਮਾਪੇ, ਦੂਸਰੇ ਪਾਸੇ ਖੁਸਰਿਆਂ ਵਾਲੀ ਇਹ ਨਵੀਂ ਆਫ਼ਤ। ਖੈਰ, ਮੈਂ ਆਪਣੇ ਵਿੱਤ ਮੁਤਾਬਕ ਉਸ ਸਮੱਸਿਆ ਦਾ ਹੱਲ ਕੀਤਾ। ਮਾਪੇ ਅਸੀਸਾਂ ਦਿੰਦੇ ਆਪਣੇ ਘਰ ਨੂੰ ਚਲੇ ਗਏ, ਪਰ ਮੇਰੀ ਝੋਲੀ ਪਾ ਗਿਆ ਇੱਕ ਅਜਿਹਾ ਦਰਦ ਕਿ ਕਿਸ ਤਰ੍ਹਾਂ ਇੱਕ ਪੁੱਤਰ ਤੇ ਹੁੰਦਿਆਂ ਹੋਇਆ ਇੱਕ ਪਰਿਵਾਰ ਔਖ ਹੋਣ ਦਾ ਸੰਤਾਪ ਵਧਾ ਰਿਹਾ ਹੈ। ਇਹ ਹੋਣੀ ਮੇਰੇ ਪੰਜਾਬ ਦੇ ਕਿਸੇ ਇੱਕ ਪਰਿਵਾਰ ਦੀ ਹੋਣੀ ਨਹੀਂ, ਸਗੋਂ ਸੈਂਕੜੇ ਹਜ਼ਾਰਾਂ ਲੱਖਾਂ ਪਰਿਵਾਰਾਂ ਦੀ ਹੋਣੀ ਬਣੀ ਬੈਠੀ ਹੈ। ਮਾਵਾਂ ਦੀਆਂ ਭੁੱਖਾਂ ਉੱਜੜਦੀਆਂ ਜਾ ਰਹੀਆਂ ਨੇ। ਕੁਝ ਮਾਵਾਂ ਤੇ ਚਾਹ ਸੀ ਪੁੱਤ ਵਿਆਹਣ ਦੇ, ਭੈਣਾਂ ਤੇ ਅਰਮਾਨ ਸੀ ਮਹਿੰਦੀ ਲਾਵਣ ਦੇ। ਕੁਝ ਮਾਵਾਂ ਤੇ ਚਾਹ ਸੀ ਪੁੱਤ ਵਿਆਹਣ ਦੇ, ਭੈਣਾਂ ਤੇ ਅਰਮਾਨ ਸੀ ਮਹਿੰਦੀ ਲਾਵਣ ਦੇ। ਕਲਗੀ ਸਿਹਰੇ ਵੇਖ ਕੇ ਬੁੱਕ ਬੁੱਕ ਰੋਣਗੀਆਂ, ਬੇਮੌਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ। ਜਦ ਕਿਧਰੇ ਇਤਿਹਾਸ ਚ ਗੱਲਾਂ ਹੋਣਗੀਆਂ, ਬੇਮੌਤੇ ਮਰਿਆਂ ਨੂੰ ਅੱਖੀਆਂ ਰੋਣਗੀਆਂ। ਇੱਕ ਦ੍ਰਿਸ਼ ਮੈਂ ਤੁਹਾਡੇ ਸਾਹਮਣੇ ਜ਼ਰੂਰ ਰੱਖਣ ਦਾ ਯਤਨ ਕਰਾਂਗਾ। ਇਸ ਪੋਸਟਿੰਗ ਤੋਂ ਪਹਿਲਾਂ ਮੇਰੀ ਪੋਸਟਿੰਗ SSP ਹੈੱਡਕੁਆਰਟਰ ਪਟਿਆਲਾ ਵਿਖੇ ਸੀ। ਗਸ਼ਤ ਕਰਨ ਤੋਂ ਬਾਅਦ ਚੈੱਕ ਇਨ ਕਰਦਾ ਹੋਇਆ ਮੈਂ ਥਾਣਾ ਸਿਵਲ ਲਾਈਨ ਪਟਿਆਲਾ ਪਹੁੰਚਿਆ ਤਾਂ ਥਾਣੇ ਵਿੱਚ ਬਣੀ ਸਾਹਮਣੇ ਹਵਾਲਾਤ ਵਿੱਚ 3 ਨੌਜਵਾਨ ਬੈਠੇ, ਜਿਨ੍ਹਾਂ ਦੀ ਪਿੱਠ ਹਵਾਲਾਤ ਦੀਆਂ ਸਿੰਖਾਂ ਵੱਲ ਸੀ। ਇੱਕ ਦੇ ਪੀਲੇ ਰੰਗ ਦੀ ਪੱਗ ਲੰਬਾ ਲੜ ਮੋੜਵਾਂ ਟੰਗ ਕੇ ਬੰਨੀ ਹੋਈ ਸੀ। ਮੈਨੂੰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਆਈ। ਮੈਂ ਜਾ ਕੇ ਮੁੱਖ ਅਫਸਰ ਥਾਣਾ ਦੀ ਕੁਰਸੀ ਉੱਤੇ ਬੈਠ ਗਿਆ। ਮੁੱਖ ਮੋਸ਼ੀ ਥਾਣਾ ਆਇਆ, ਸਲੂਟ ਕੀਤਾ ਕਿ ਸਰ 3 ਨਸ਼ੇੜੀ ਲਿਆਂਦੇ ਆ। ਰਾਤੀ ਨਾਭਾ ਰੋਡ ਦੇ ਉੱਤੇ ਇੱਕ ਬੇਆਵਾਜ਼ ਜਗ੍ਹਾ ਦੇ ਵਿੱਚ ਢਹੇ ਹੋਏ ਮਕਾਨ ਦੇ ਵਿੱਚੋਂ ਗਾਟਰ ਚੋਰੀ ਕਰਦੇ ਸੀ। ਮੌਕੇ ਤੇ ਫੜ ਲਏ, ਮਾਲਕਾਂ ਨੂੰ ਸੂਹ ਮਿਲ ਗਈ, ਚੰਗੀ ਛਤਰੌਲ ਕੀਤੀ ਹੈ, ਥਾਣੇ ਛੱਡ ਕੇ ਗਏ। ਵਾਰਸ ਆਏ ਬੈਠੇ, ਇਨ੍ਹਾਂ ਵਿੱਚੋਂ ਇੱਕ ਵਾਰਡ ਨੰਬਰ 8 ਦੇ MC ਦਾ ਲੜਕਾ, ਮੈਂ ਤਰਬ ਕਿਹਾ ਵਾਰਡ ਨੰਬਰ 8 ਜਾਣੀ ਕਿ ਸੰਧੂ ਸਾਹਿਬ ਦਾ ਬੇਟਾ ਜੀ ਜਨਾਬ ਮੁਨਸ਼ੀ ਦਾ ਉੱਤਰ। ਬੀਬੀ ਜੀ ਆਏ ਬੈਠੇ, ਮੁਨਸ਼ੀ ਨੇ ਸਲੂਟ ਕੀਤਾ, ਆਪਣੇ ਦਫ਼ਤਰ ਚਲਿਆ ਗਿਆ। ਅੱਜ ਤੋਂ 8 ਸਾਲ ਪਹਿਲਾਂ ਮੈਂ ਬਤੌਰ DSP ਸਿਟੀ ਪਟਿਆਲਾ ਵਿਖੇ ਤੈਨਾਤ ਸੀ। ਸੰਧੂ ਸਾਹਿਬ ਦਾ ਮੁੰਡਾ ਖਾਲਸਾ ਹਾਈ ਸਕੂਲ ਵਿੱਚ ਪੜ੍ਹਦਾ ਹੋਇਆ ਗੋਲਾ ਸਿੱਟਣ ਵਿੱਚ ਇੰਡੀਆ ਵਿੱਚੋਂ ਫਸਟ ਆਇਆ ਸੀ। ਉਸ ਸਮੇਂ ਮੁਹੱਲੇ ਦੇ ਸਾਰੇ ਲੋਕ, ਸਕੂਲ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਉਸ ਮੁੰਡੇ ਨੂੰ ਰੇਲਵੇ ਸਟੇਸ਼ਨ ਤੋਂ ਲੈ ਕੇ ਸਕੂਲ ਤੱਕ ਖੁੱਲੀ ਗੱਡੀ ਦੇ ਵਿੱਚ ਹਾਰਾਂ ਦੇ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਬੈਂਡ ਬਾਜਿਆਂ ਦੇ ਰੂਪ ਵਿੱਚ ਲੈ ਕੇ ਆਏ ਸੀ। ਉਸ ਗੱਡੀ ਦੇ ਵਿੱਚ ਬੱਚੇ ਦੇ ਇੱਕ ਪਾਸੇ ਸਕੂਲ ਦਾ ਪ੍ਰਿੰਸੀਪਲ ਤੇ ਦੂਸਰੇ ਪਾਸੇ ਸੰਧੂ ਸਾਹਿਬ, ਜਿਸ ਨੂੰ ਮੈਂ ਕੁਝ ਸਮਾਂ ਪਹਿਲਾਂ ਭਗਤ ਸਿੰਘ ਚ ਲਿਆ ਸੀ। ਪੰਜਾਬ ਦੀ ਇਹ ਨੌਜਵਾਨੀ ਪੀੜ੍ਹੀ ਕਿਸ ਕਰਕੜ ਵਿੱਚ ਕਰਕਦੀ ਜਾ ਰਹੀ ਹੈ। ਮੈਂ ਮੁੰਡੇ ਦੀ ਮਾਂ ਨੂੰ ਅੰਦਰ ਬੁਲਾਇਆ, ਉਹ ਅੰਦਰ ਆਈ। ਉਸ ਦੀਆਂ ਅੱਖਾਂ ਰੋ ਰੋ ਕੇ ਪੀਲੂ ਵਾਂਗ ਲਾਲ ਹੋਈਆਂ ਪਈਆਂ ਸਨ। ਉਸਦੇ ਹੱਥ ਜੁੜੇ ਹੋਏ, ਸਿਰ ਸ਼ਰਮ ਨਾਲ ਝੁਕਿਆ ਹੋਇਆ, ਆਖਣ ਲੱਗੀ, ਵੀਰ ਜੀ ਇੱਕ ਵਾਰ ਇਸ ਨੂੰ ਮਾਫ਼ ਕਰ ਦਿਓ, ਅੱਜ ਤੋਂ ਬਾਅਦ ਇਹ ਚੋਰੀ ਨਹੀਂ ਕਰੇਗਾ।
ਇਸ ਤੇ ਨਸ਼ੇ ਵਾਸਤੇ ਪੈਸਿਆਂ ਦਾ ਪ੍ਰਬੰਧ ਮੈਂ ਖੁਦ ਕਰਿਆ ਕਰਾਂਗੀ। ਬਸ ਇੱਕ ਵਾਰ ਇਸ ਨੂੰ ਮਾਫ ਕਰ ਦਿਓ, ਖਬਰੇ ਚੰਦਰਾ ਕਿਤੇ ਜਾ ਨਹੀਂ ਨਾ ਗਵਾਵੇ। ਠੀਕ, ਮੈਂ ਗੱਲ ਦਾ ਰੁੱਖ ਬਦਲਿਆ, ਮੈਂ ਜਾਣ ਕੇ ਉਸ ਨੂੰ ਧਰਵਾਸ ਦਿੱਤਾ, ਹੌਸਲਾ ਕਰਕੇ ਬੋਲੀ, ਸੰਧੂ ਸਾਹਿਬ ਆਪਣੇ ਹੱਥਾਂ ਨਾਲ ਖੁਰਾਕ ਖਵਾ ਕੇ ਖੁਸ਼ ਹੁੰਦੇ ਸਨ, ਹਰ ਹਫ਼ਤੇ ਕੀਤੇ ਨਾਲ ਇਸ ਦੇ ਡੌਲਿਆਂ ਦੀ ਮਿਣਤੀ ਕਰਦੇ। ਉਹਨਾਂ ਦੇ ਜਾਣ ਤੋਂ ਬਾਅਦ ਤਾਂ ਬਸ ਮੇਰੇ ਚੰਦਰੀ ਦੇ ਕਰਮ, ਪਤਾ ਨੀ ਕਦੋਂ ਇਹ ਸਮੈਕੀਆਂ ਦੀ ਚੁੰਡਲੀ ਵਿਚ ਰਲ ਗਿਆ। ਹੁਣ ਇਹ ਜਣੇ ਖੜੇ ਤੋਂ ਪੈਸੇ ਮੰਗਦਾ ਰਹਿੰਦਾ, ਮੈਂ ਉਧਾਰ ਚੁਕਾਉਂਦੀ ਰਹੀ, ਇਹਨੂੰ ਤਾਂ ਕੋਈ ਸ਼ਰਮ ਹੈ ਨੀ। ਬਸ ਮੇਰੀ ਹੱਥ ਬੰਨ ਕੇ ਬੇਨਤੀ ਹੈ, ਇਸ ਨੂੰ ਇੱਕ ਵਾਰ ਮਾਫ਼ ਕਰ ਦਿਓ। ਮੈਂ ਗੱਲ ਦਾ ਰੁੱਖ ਬਦਲਿਆ, ਉਸਦੇ ਬਾਲ ਬੱਚਿਆਂ ਬਾਰੇ ਪੁੱਛਿਆ, ਹੌਕਾ ਭਰ ਕੇ ਬੋਲੀ, ਇਹਦੇ ਲੱਛਣਾਂ ਤੋਂ ਤੰਗ ਆ ਕੇ ਨੌਵੀਂ ਦੋ ਸਾਲਾਂ ਦੀ ਪੇਕੇ ਵਿੱਚ। ਮੈਂ ਬੱਚਿਆਂ ਨੂੰ ਬੁਲਾ ਕੇ ਝਟਕਾ ਮਾਰ ਕੇ ਨਸੀਹਤਾਂ ਦੇ ਕੇ ਭੇਜ ਦਿੱਤਾ, ਉਹ ਤਾਂ ਚਲੇ ਗਏ, ਪਰ ਇੱਥੇ ਵੀ ਮੇਰੀ ਝੋਲੀ ਪਾ ਗਿਆ ਇੱਕ ਅਜਿਹਾ ਦਰਦ ਕਿ ਕਿਸ ਤਰ੍ਹਾਂ ਇੱਕ ਬੱਚਿਆਂ ਦੇ ਮਾਂ ਬਾਪ ਆਪਣੇ ਜ਼ਿਕਰ ਦੇ ਟੋਟਿਆਂ ਨੂੰ, ਮੌਤ ਦੇ ਖੂਹ ਵੱਲ ਜਾਂਦਿਆਂ ਨੂੰ ਵੇਖ ਕੇ ਆਪਣੇ ਹੱਥੀ ਨਸ਼ਿਆਂ ਲਈ ਪੈਸੇ ਦੇਣ ਲਈ ਮਜਬੂਰ ਨੇ। ਇਹ ਮਾਂ ਬਾਪ ਅੱਜ ਤੋਂ ਡੇਢ ਦੋ ਮਹੀਨੇ ਪਹਿਲਾਂ ਦੀ ਘਟਨਾ, ਮੈਂ ਇਸੇ ਹੀ ਜ਼ਿਲ੍ਹੇ ਵਿੱਚ ਵਾਪਰੀ ਦਾ ਜ਼ਿਕਰ ਕਰਨ ਜਾ ਰਿਹਾ। ਮੈਂ ਮਾਨਯੋਗ ਡੈਪਟੀ DIG ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਸਰਦਾਰ ਰਣਜੀਤ ਸਿੰਘ ਜੀ ਖੱਟੜਾ ਲੁਧਿਆਣਾ ਨੂੰ ਮਿਲਣ ਲਈ ਵਿਸ਼ ਕਰਨ ਲਈ ਜਾਣ ਲੱਗਿਆ। ਜਦੋਂ ਮੈਂ ਆਪਣੇ ਦਫ਼ਤਰ ਵਿੱਚੋਂ ਉੱਠ ਕੇ ਤੁਰਨ ਲੱਗਿਆ ਤਾਂ ਮੈਨੂੰ ਮੁੱਖ ਅਫਸਰ ਥਾਣਾ ਰਾਹੋਂ ਦਾ ਫੋਨ ਆਇਆ ਕਿ ਸਰ, ਰਾਹੋਂ ਤੋਂ ਮਾਛੀਵਾੜਾ ਰੋਡ ਦੇ ਉੱਤੇ 2 ਕਿਲੋਮੀਟਰ ਅੱਗੇ ਚੜ੍ਹਦੇ ਵਾਲੇ ਪਾਸੇ 100-200 ਗਾਈ ਦੀ ਦੂਰੀ ਦੇ ਉੱਤੇ ਇੱਕ ਔਰਤ 45 ਸਾਲ ਦੀ ਅੱਧ ਖੜ ਉਮਰ ਦੀ ਔਰਤ ਹੋਵੇਗੀ, ਜਿਸਨੇ ਪਿਛਲੇ ਹਫ਼ਤੇ 10 ਦਿਨ ਤੋਂ ਅਸਮਾਨ ਦੀ ਖੁੱਲੀ ਛਾਤੇ ਡੇਰੇ ਲਾਏ ਹੋਏ ਸਨ, ਰਾਤੀ ਪ੍ਰਾਣ ਤਿਆਗ। ਮੈਂ ਸਿੱਧਾ ਘਟਨਾ ਵਾਲੇ ਸਥਾਨ ਤੇ ਗਿਆ, ਜਾ ਕੇ ਦੇਖਿਆ ਘਰ ਦੇ ਸਧਾਰਨ ਸਮਾਨ ਦੇ ਦਰਮਿਆਨ ਇੱਕ ਟੁੱਟੇ ਜਿਹੇ ਵਾਣ ਦੇ ਮੰਜੇ ਦੇ ਉੱਤੇ ਉਹ ਅੱਧ ਖੜ ਉਮਰ ਦੀ ਔਰਤ ਮਰੀ ਪਈ ਸੀ। ਉਸਦੇ ਮੂੰਹ ਤੇ ਮੱਖੀਆਂ ਭਿੜਕ ਰਹੀਆਂ ਸਨ, ਉਸਦੀ ਇੱਕ 6 ਸਾਲਾਂ ਦੀ ਮਾਸੂਮ ਬੱਚੀ ਕੋਲ ਬੈਠੀ ਰੋ ਰਹੀ ਸੀ ਅਤੇ 2 ਸਾਲਾਂ ਦਾ ਮਾਸੂਮ ਬੱਚਾ ਆਪਣੇ ਨਿੱਕੇ ਨਿੱਕੇ ਹੱਥਾਂ ਦੇ ਨਾਲ ਆਪਣੀ ਮਾਂ ਦੇ ਮੂੰਹ ਨੂੰ ਹਿਲਾ ਰਿਹਾ ਸੀ, ਸ਼ਾਇਦ ਉਹ ਦੁੱਧ ਚੁੰਘਣ ਦੀ ਭੁੱਖ ਨੂੰ ਬਿਆਨ ਕਰ ਰਿਹਾ ਸੀ। ਮੈਂ ਉਸ ਮੁਹੱਲੇ ਤੇ ਉਸ ਔਰਤ ਦੇ ਟਿਕਾਣੇ ਦਾ ਪਤਾ ਕਰਾ ਕੇ ਮੁਹੱਲੇ ਵਾਲਿਆਂ ਨੂੰ ਬੁਲਾਇਆ। ਜਦੋਂ ਉਸ ਮੁਹੱਲੇ ਵਾਲਿਆਂ ਨੇ ਆ ਕੇ ਮੈਨੂੰ ਉਸ ਔਰਤ ਦੀ ਦਾਸਤਾਂ ਸੁਣਾਈ ਤਾਂ ਮੇਰਾ ਹਿਰਦਾ ਬਲੂੰਦ ਰਿਹਾ। ਉਹੀ ਕਹਾਣੀ ਮੈਂ ਤੁਹਾਨੂੰ ਜ਼ਿਕਰ ਕਰਨ ਜਾ ਰਿਹਾ ਹਾਂ। ਇਹ ਔਰਤ ਪਿਛਲੇ 15-16 ਸਾਲਾਂ ਤੋਂ ਲਗਾਤਾਰ ਲੋਕਾਂ ਦੇ ਘਰਾਂ ਵਿਚ ਜੂਠੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ ਸੀ। ਆਪ ਤਾਂ ਉਸਦਾ ਸ਼ਰਾਬੀ ਕੁਆਬੀ ਸਮੈਕੀਆ ਪਤੀ, ਆਪ ਤਾਂ ਘਰ ਦੇਣਾ ਨੀ ਕੋਈ ਧੇਲਾ, ਇਸ ਵਿਚਾਰੀ ਔਰਤ ਦੀ ਕਮਾਈ ਵੀ ਖੋ ਕੇ ਨਸ਼ੇ ਵਿਚ ਪਾ ਦਿੰਦਾ। ਵਿਚਾਰੀ ਔਰਤ ਕਿੱਥੇ ਜਾਵੇ, ਇੱਕ ਪਾਸੇ ਸ਼ਰਾਬੀ ਕੁਆਬੀ ਸਮੈਕੀਏ ਪਤੀ ਦੇ ਤਸੀਹੇ ਤੇ ਦੂਸਰੇ ਪਾਸੇ ਬੱਚਿਆਂ ਦੇ ਢਿੱਡ ਭਰਨ ਦਾ ਫਿਕਰ। ਇਸੇ ਲਈ ਕਿਸੇ ਕਿਰਾਏ ਦੇ ਮਕਾਨ ਵਿਚ ਰਹਿਣਾ, ਕਿਰਾਇਆ ਦੇਣਾ ਹੋਣਾ, ਮਾਲਕਾਂ ਨੇ ਧੌਲ ਧੱਫਾ ਕਰਕੇ ਬਾਹਰ ਕੱਢ ਦੇਣਾ, ਇਸੇ ਹੀ ਹਾਲਤ ਵਿਚ ਪਿਛਲੇ 10 ਦਿਨਾਂ ਤੋਂ ਅਸਮਾਨ ਦੀ ਖੁੱਲੀ ਛੱਤ ਦੇ ਡੇਰੇ ਲਾ ਕੇ। ਇਸ ਤੋਂ ਵੀ ਵੱਧ ਕੇ ਉਸਦੇ ਸ਼ਰਾਬੀ ਕੁਆਬੀ ਸਮੈਕੀਏ ਪਤੀ ਨੇ ਆਪਣੀ 12 ਸਾਲਾਂ ਦੀ ਵੱਡੀ ਬੇਟੀ ਕਿਸੇ ਵੱਡੀ ਉਮਰ ਦੇ ਠੇਕੇਦਾਰ ਭਈਏ ਦੇ ਲੜ ਲਾ ਕੇ 10,000 ਰੁਪਏ ਲੈ ਕੇ ਖਰੇ ਕਰ ਲਏ, ਉਹ ਵੀ ਉਸਨੇ ਨਸ਼ੇ ਦੇ ਵਿਚ ਉਡਾ ਦਿੱਤੇ। ਇਹ ਬੇਚਾਰੀ ਔਰਤ ਬਿਮਾਰੀ ਨਾਲ ਜੂਝ ਰਹੀ ਸੀ, ਆਖਰ ਜ਼ਿੰਦਗੀ ਨਾਲ ਲੜਦੀ ਲੜਦੀ ਮੌਤ ਹੱਥੋਂ ਹਾਰ ਗਈ। ਮੁਹੱਲੇ ਵਾਲਿਆਂ ਦੇ ਸਹਿਯੋਗ ਨਾਲ ਮੈਂ ਉਸਦਾ ਦਾਹ ਸੰਸਕਾਰ ਤਾਂ ਕਰਵਾਇਆ, ਪਰ ਅੱਜ ਵੀ ਉਹ 6 ਸਾਲਾਂ ਦੀ ਮਾਸੂਮ ਬੱਚੀ ਅਤੇ 2 ਸਾਲ ਦਾ ਮਾਸੂਮ ਬੱਚਾ ਮੇਰੀਆਂ ਅੱਖਾਂ ਦੇ ਸਾਹਮਣੇ ਘੁੰਮ ਰਹੇ। ਕੀ ਕੋਈ ਸਮਝ ਸਕਦਾ ਹੈ ਨਾ ਗਰੀਬ ਤਬਕੇ ਦੀਆਂ ਔਰਤਾਂ ਦੀ ਦਰਦ ਭਰੀ ਕਹਾਣੀ ਨੂੰ? ਸ਼ਾਇਦ ਹਰ ਰੋਜ਼ ਰਾਸ਼ਟਰੀ ਅੰਤਰਰਾਸ਼ਟਰੀ ਸੰਸਥਾਵਾਂ ਸਰਵੇਖਣ ਕਰਦੀਆਂ ਨੇ, ਹਰ ਰੋਜ਼ ਸਰਵੇਖਣ ਤੋਂ ਬਾਅਦ ਨਸ਼ਿਆਂ ਦੀ ਪ੍ਰਤੀਸ਼ਤਤਾ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ। ਇਕੱਲਿਆਂ ਹੋ ਕੇ ਕੁਝ ਨਹੀਂ ਬਣਨਾ, ਇਸੇ ਲਈ ਤਾਂ ਪੰਜਾਬ ਸਰਕਾਰ ਨੇ ਮਾਨਯੋਗ ਸ਼੍ਰੀ ਵਿਨੇ ਬਿਵਲਾਨੀ ਜੀ, IAS ਡਿਪਟੀ ਕਮਿਸ਼ਨਰ SBS ਨਗਰ ਨਵਾਂ ਸ਼ਹਿਰ ਨੇ, ਮਾਨਯੋਗ ਸ਼੍ਰੀ ਦੀਪਕ ਖਲੋਰੀ ਜੀ IPS SSP ਸਾਹਿਬ ਨਵਾਂ ਸ਼ਹਿਰ,
ਸ਼੍ਰੀ ਪੱਲੀ ਕਿੱਕੀ ਜੀ ਨੇ ਸਾਰਿਆਂ ਨੇ ਰਲ ਕੇ ਇੱਕ ਅਹਿਮ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚੋਂ ਅਸੀਂ ਨਵਾਂ ਸ਼ਹਿਰ ਦੇ ਵਿੱਚੋਂ ਨਸ਼ਾ ਮੁਕਤ ਨਵਾਂ ਸ਼ਹਿਰ ਦੇਣਾ ਹੈ। ਇਹ ਸਾਡਾ ਆਗਾਜ਼ ਸ਼ੁਰੂਆਤ ਹੈ ਸਾਡੀ ਕਿ ਅਸੀਂ ਅੱਜ ਪੰਜਾਬ ਦੇ ਇਸ ਪਿੰਡ ਖਾਨਪੁਰ ਤੋਂ ਸ਼ੁਰੂਆਤ ਕਰਾਂਗੇ, ਕੱਲ ਕਿਸੇ ਨਾਲ ਦੇ ਪਿੰਡ ਵਿੱਚ ਹੋਵੇਗੀ, ਉਸ ਤੋਂ ਕੱਲ ਕਿਸੇ ਹੋਰ ਸਬ ਡਿਵੀਜ਼ਨ ਵਿੱਚ ਹੋਵੇਗੀ, ਅਖੀਰ ਵਿੱਚ ਜ਼ਿਲ੍ਹੇ ਵਿੱਚ ਹੋਵੇਗੀ, ਤਦ ਜਾ ਕੇ ਅਸੀਂ ਨਸ਼ਿਆਂ ਤੇ ਕਾਬੂ ਪਾ ਸਕਦੇ। ਇਕੱਲਿਆ ਹੋ ਕੇ ਕੁਝ ਨਹੀਂ ਬਣਨਾ, ਤੁਸੀਂ ਜਾਣੀ ਕਿ ਆਪਾਂ ਸਾਰਿਆਂ ਨੂੰ ਇਕੱਠਿਆ ਹੋ ਕੇ ਹਮਲਾ ਮਾਰਨਾ ਹੀ ਪੈਣਾ ਹੈ। ਕਦੇ ਤਾਂ ਸਮਾਂ ਸਭ ਤੋਂ ਸਵਾਲ ਪੁੱਛੇਗਾ ਕਿ ਜਦੋਂ ਪੰਜਾਬ ਦੀ ਜਵਾਨੀ ਸਿਵਿਆਂ ਦੇ ਰਾਹ ਤੁਰੀ ਸੀ ਤਾਂ ਤੁਸੀਂ ਕੀ ਕਰ ਰਹੇ ਸੀ? ਕੀ ਜਵਾਬ ਦੇਵਾਂਗੇ ਉਸ ਵੇਲੇ ਸਮੇਂ ਲਈ? ਨਾ ਸਮਝੋਗੇ ਤੋ ਮਿਟ ਜਾਓਗੇ ਹਿੰਦੁਸਤਾਨ ਵਾਲੋ, ਨਾ ਸਮਝੋਗੇ ਤੋ ਮਿਟ ਜਾਓਗੇ ਹਿੰਦੁਸਤਾਨ ਵਾਲੋ, ਤੁਮਹਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਂ ਲੋਵੇ, ਤੁਮਹਾਰੀ ਦਾਸਤਾਂ ਤੱਕ ਵੀ। ਥੈਂਕ ਯੂ।